ਤਾਂ ਇਹ ਦੂਜਾ ਵਿਆਹ ਸੰਤ ਸਿੰਘ ਸਿੱਖੋ ਦੀ ਠੀਕ ਹੈ ਪੜ੍ਹ ਰਹੇ ਸੀ। ਇੱਥੇ ਆਪਾਂ ਇੰਨਾ ਪੜ੍ਹਿਆ ਸੀ ਕਿ ਨਿਹਾਲ ਕੌਰ ਤੇ ਮਨਜੀਤ ਕੌਰ ਦੇ ਵਿੱਚ ਤਾਨੇ ਮਿਹਣੇ ਚੱਲਦੇ ਨੇ। ਨਿਹਾਲ ਕੌਰ ਆਪਣੀ ਨੂੰਹ ਨੂੰ ਹਮੇਸ਼ਾ ਛੋਟੇ ਤੋਂ ਛੋਟੇ ਕੰਮ ਦੇ ਲਈ ਤਾਨੇ ਮਾਰਦੀ ਰਹਿੰਦੀ ਹੈ ਤੇ ਉਹਨੂੰ ਕਹਿੰਦੀ ਹੈ ਕਿ ਮੈਂ ਆਪਣੇ ਪੁੱਤਰ ਦਾ ਦੂਸਰਾ ਵਿਆਹ ਕਰ ਦੇਣਾ। ਕਿਉਂ? ਕਿਉਂਕਿ ਉਹਦੇ ਕੋਈ ਮੁੰਡਾ ਜਾਂ ਕੁੜੀ ਨਹੀਂ ਹੁੰਦਾ, ਠੀਕ ਹੈ, ਔਲਾਦ ਨਹੀਂ ਹੁੰਦੀ, 2.5 ਸਾਲ ਹੋ ਗਏ ਨੇ ਵਿਆਹ ਨੂੰ। ਸੋ ਹਮੇਸ਼ਾ ਉਹਨੂੰ ਤੰਗ ਕਰਦੀ ਰਹਿੰਦੀ ਹੈ, ਜਦਕਿ ਮਨਜੀਤ ਜਿਹੜੀ ਹੈ ਉਹ ਪੜ੍ਹੀ ਲਿਖੀ ਹੈ, ਹਸਮੁਖ ਸੁਭਾਅ ਦੀ ਹੈ, ਤੂੰ ਆਪਣੀ ਸੱਸ ਦੀ ਕਿਸੇ ਵੀ ਗੱਲ ਦਾ ਗੁੱਸਾ ਨਹੀਂ ਕਰਦੀ, ਠੀਕ ਹੈ। ਤੇ ਇਸ ਤਰ੍ਹਾਂ ਹੀ ਉਹਨਾਂ ਵਿੱਚ ਗੱਲਾਂ ਚੱਲਦੀਆਂ ਹੁੰਦੀਆਂ ਨੇ। ਫਿਰ ਐਂਡ ਵਿੱਚ ਬਾਅਦ ਵਿੱਚ ਐਂਟਰੀ ਕਿਹਦੀ ਹੁੰਦੀ ਹੈ? ਉਹਦੇ ਪਤੀ ਦੀ, ਸੁਖਦੇਵ ਦੀ, ਠੀਕ ਹੈ। ਤੇ ਸੁਖਦੇਵ ਲੁਧਿਆਣੇ ਤੋਂ ਆਉਂਦਾ ਹੈ, ਠੀਕ ਹੈ, ਉੱਥੇ ਉਹ ਨੌਕਰੀ ਕਰਦਾ ਹੈ ਤੇ ਉਹ ਬਾਅਦ ਵਿੱਚ ਕਹਿੰਦੀ ਹੈ ਕਿ ਤੁਸੀਂ ਨਹਾ ਲਓ, ਮੈਂ ਤੁਹਾਡੇ ਲਈ ਰੋਟੀ ਜਿਹੜੀ ਹੈ ਉਹ ਤਿਆਰ ਕਰਦੀ ਹਾਂ, ਠੀਕ ਹੈ। ਤੇ ਬਾਅਦ ਵਿੱਚ ਉਹ ਆਪਣੇ ਬਾਪੂ ਜੀ ਬਾਰੇ ਪੁੱਛਦਾ ਹੈ ਕਿ ਪਿਤਾ ਜੀ ਕਿੱਥੇ ਨੇ, ਉਹ ਕਹਿੰਦੇ ਨੇ ਕਿ ਉਹ ਖੇਤਾਂ ਵਿੱਚ ਗਿਆ ਹੈ, ਠੀਕ ਹੈ। ਤੇ ਫਿਰ ਉਹ ਬਾਅਦ ਵਿੱਚ ਉਹਨੂੰ ਕਹਿੰਦੀ ਹੈ ਕਿ ਅੱਜ ਬੀਬੀ ਦੀ ਚਿੱਠੀ ਨਹੀਂ ਆਈ। ਬੀਬੀ ਮਤਲਬ ਇਕਾਂਗੀ ਨਿਹਾਲ ਕੌਰ ਦੀ ਪਤਨੀ ਔਰ ਸੁਖਦੇਵ ਦੀ ਭੈਣ ਸੁਖਦੇਵ ਕੌਰ, ਠੀਕ ਹੈ। ਉਸ ਤੋਂ ਬਾਅਦ ਵਿੱਚ ਇੱਥੋਂ ਤੱਕ ਆਪਾਂ ਰੀਡ ਕੀਤਾ ਸੀ, ਨੈਕਸਟ ਆਪਾਂ ਰੀਡ ਕਰਦੇ ਹਾਂ। ਰੀਡ ਕਰੇਗਾ ਕੋਈ? ਐਨੀਵਨ? 10K 10C? ਹਾਂਜੀ ਪ੍ਰਭਗੁਨ। यस मैम, मैम एक बारी पेज नंबर ते डायलॉग दस दो प्लीज। डायलॉग बेटा है मनजीत दा है, सुखी हो माँ जी चिट्ठी ना आवे ता सुख ही हुंदी है। पेज नंबर प्रभुन, एक्चुअली मेरे को दूसरी बुक है, ठीक है, वो टेक्स्ट बुक नहीं है। ओके मैम। जदों सुखदेव की एंट्री हो जाती है ना, उस तो बाद है निहाल कौर कहती है कि अज डाकिए ने भी आना, बीबी की चिट्ठी नहीं आई, किन्ने चिर दी सुख होवे। मैम एक सेकेंड, एक्चुअली मैं देखती वे आ डायलॉग, मेरा ट्रैकिंग हो गया सी पिछली बार। ओके हाँ जी बोलो। मनजीत, कोई नहीं माँ जी, बापू जी तो आने वाले ने, उन्हां दी रोटी का भी वेला होया होया है। खबरा हट्टी ते अटक गए हो, किस नाल गली पै गए हो? निहाल कौर, अज डाकिए ने भी आना है, बीबी दी चिट्ठी नहीं आई, किन्ने चिर दी सुख होवे। मनजीत, सुखी हो माँ जी, चिट्ठी ना आवे तो सुखी हुंदे है। निहाल कौर, आहो सुखी हुंदे है, तेनू कोई ते है, मेरी धी दा बई ओदी चिट्ठी उड़ीके। मनजीत, ते तो बिना ही माँ जी दो चिट्ठियां पा चुकी हाँ, अपनी धी नू तां पुछो कदे किन्ना प्यार करदी आ ओनू। निहाल कौर, नी ओही तेनू प्यार करदी नहीं रजदी, तू कितों प्यार करन वाली खुटड़ी। मनजीत, चंगा माँ जी ना मनो, तकड़े दा सत्ती भी ही सो जरा कु अटक के। मेरा ख्याल है मैं चटनी भी रगड़ लवा पुदीने दी। निहाल कौर, नहीं तू फुलके ला ले, मैं चटनी रड़क दिया, पुदीने पुदीना तोड़ ले आवा हवेली चो। निहाल कौर स्टेज पिछे चली जाती है ते मनजीत फुलके लाउन लग जाती। मनजीत, सुखदेव जी कर चुके स्नान, कोई चीज ता नहीं चाहिए। सुखदेव नहा के स्टेज ते आंदा है, चाहिए ते बहुत कुछ है, पर दुनिया च कुछ मिले ओदे नाल ही गुजारा करना पैंदा है। मनजीत, दूजे ब्याह की घाट है ता वो ता माँ जी ने ही करवा देन नू तैयार ने। सुखदेव मुस्कुरा के, माँ जी विचारी दा वी की एदे विच कसूर है। मनजीत जी, सारी उम्र बापू जी वालों विचारी नू दूजा ब्याह करवा लैण दियां धमकियां मिलदियां रहियां, सो एदे भाणे इस्त्री उत्ते काबू रखण लई दूजे ब्याह की धमकी भी ओनी ही जरूरी है जितने टांगे दे कोड़ घोड़े ले चांट। मनजीत, ते कदे कदे ऐ चांट वज भी जांदी है किसे हमातर नू हिमातर दे। सुखदेव, पर असा ता इस चांट सुट ही छड़ी हुई है। मनजीत, तुहाडी सुट्टी मां जी ने चुक ले जापदी है, पर बापू जी एडा सख्त हुंदे सन दूजे व्याह दा डरावा देन वाले। सुखदेव, ਜਦੋਂ ਬਾਪੂ ਜੀ ਸਿਪਾਹੀ ਭਰਤੀ ਹੋਏ ਤਾਂ ਉਹਨਾਂ ਦਾ ਵਿਆਹ ਹੋਇਆ ਸੀ,
ਸਰਦਾਰ ਬਣਨ ਵੇਲੇ ਤੱਕ ਇੱਕ ਮੁੰਡਾ ਤੇ ਇੱਕ ਕੁੜੀ ਮੈਂ ਤੇ ਭੈਣ ਜੀ ਹੀ ਪੈਦਾ ਹੋਏ ਤੇ ਬਾਪੂ ਜੀ ਨੇ ਸ਼ਾਇਦ ਫੌਜੀ ਨੁਕਤੇ ਤੋਂ ਇੰਨੀ ਕੁ ਸੰਤਾਨ ਨੂੰ ਕਾਫੀ ਨਾ ਸਮਝਿਆ ਤੇ ਦੂਜਾ ਵਿਆਹ ਕਰਵਾ ਲਿਆ। ਪਰ ਸਾਡੀ ਮਾਂ ਜੀ ਦੀ ਕਿਸਮਤ ਸਮਝੋ ਜਾਂ ਕੁਛ ਹੋਰ, ਸਾਡੀ ਮਤਰੇਈ ਤੇ ਕੋਈ ਸੰਤਾਨ ਨਾ ਹੋਈ ਤੇ ਉਹ 5 ਕੁ ਸਾਲ ਬਾਅਦ ਹੀ ਬਿਮਾਰ ਹੋ ਕੇ ਮਰ ਗਈ। ਮਾਂ ਜੀ ਸ਼ਾਇਦ ਉਹ ਸੁਕੱਤਰ ਦਾ ਬਦਲਾ ਕਿਸੇ ਤੋਂ ਲੈਣਾ ਚਾਹੁੰਦੇ ਨੇ। ਉਹ 5 ਸਾਲ ਮਾਂ ਜੀ ਦੇ ਬਹੁਤ ਕਲੇਸ਼ ਤੇ ਗੁਜ਼ਰੇ ਸਨ ਤੇ ਸ਼ਾਇਦ ਮਾਂ ਜੀ ਨੂੰ ਪੋਤਾ ਪੋਤੀ ਨਾ ਹੋਣ ਦਾ ਵੀ ਰੋਸ ਹੈ ਤੇਰੇ ਤੇ। ਮਨਜੀਤ ਆਵਾਜ਼ ਦਿੰਦੀ ਹੈ, ਮਾਂ ਜੀ ਆ ਜਾਓ, ਬਥੇਰਾ ਹੋ ਗਿਆ ਹੋਣਾ ਹੈ ਪੁਦੀਨਾ। ਨਿਹਾਲ ਕੌਰ ਸਟੇਜ ਤੇ ਆਉਂਦੀ ਹੋਈ, ਕੀ ਚੁਗਲੀਆਂ ਕਰਦੀ ਸੀ ਮੇਰੀਆਂ? ਮਨਜੀਤ, ਨਹੀਂ ਮਾਂ ਜੀ ਤੁਹਾਡੀ ਚੁਗਲੀਆਂ ਨਹੀਂ ਸੀ ਕਰਦੇ, ਦੂਜੇ ਵਿਆਹ ਦੀਆਂ ਸਲਾਹਾਂ ਕਰਦੇ ਸੀ। ਨਿਹਾਲ ਕੌਰ, ਗੱਲਾਂ ਆਉਂਦੀਆਂ ਨੇ ਪੁੱਟ ਪੁੱਟ, ਮੁੰਡੇ ਮੇਰੇ ਮੇਰਾ ਮੋਮ ਦੀ ਨੱਕ ਹੈ, ਜਿੱਧਰ ਮਰਜ਼ੀ ਹੈ ਢਾਲ ਲੈ। ਸੁਖਦੇਵ, ਨਹੀਂ ਮਾਂ ਜੀ ਮੈਂ ਹੀ ਕਹਿੰਦਾ ਸੀ ਕਿ ਮਾਂ ਜੀ ਦਾ ਉਲਾਂਬਾ ਲਾ ਦੇਈਏ, 5 ਕੁ ਸਾਲ ਲਈ ਦੂਜਾ ਵਿਆਹ ਕਰਵਾ ਹੀ ਲਈਏ। ਨਿਹਾਲ ਕੌਰ, ਕੁੰਡੀ ਵਿੱਚ ਪੁਦੀਨੇ ਦੇ ਗੰਢ ਕੱਟ ਕੇ ਪਾਉਂਦੀ ਹੋਈ, ਮੈਂ ਸਮਝ ਗਈ ਤੇਰੀ ਗੱਲ ਪੁੱਤ। ਸੁਖਦੇਵ, ਪਰ ਜੇ 5 ਸਾਲਾਂ ਬਾਅਦ ਉਹ ਨਾ ਮਰੀ ਤਾਂ ਫਿਰ ਕੀ ਕਰਾਂਗੇ? ਨਿਹਾਲ ਕੌਰ, ਸਮਝ ਗਈ ਮੈਂ, ਮੈਨੂੰ ਮੋਲੋ ਈ ਭੋਲੀ ਨਾ ਸਮਝੋ, ਮੇਰੀ ਗੱਲ ਹੀ ਮੇਰੇ ਪੇਸ਼ ਲਿਆਉਣੇ ਹੋ ਤੁਸੀਂ, ਪਰ ਮੈਂ ਤਾਂ ਬੇਗੁਨਾਹ ਸੀ ਤਾਂ ਰੱਬ ਨੇ ਮੇਰੀ ਸੁਣ ਲਈ। ਸੁਖਦੇਵ, ਤੇ ਮਨਜੀਤ ਨੇ ਕੀ ਗੁਨਾਹ ਕੀਤਾ ਮਾਂ ਜੀ? ਤੇ ਉਸ ਵਿਚਾਰੀ ਨੇ ਕੀ ਗੁਨਾਹ ਕੀਤਾ ਜਿਹਨੂੰ ਵਿਆਹ ਕੇ ਲਿਆਇਆ ਤੇ 5 ਸਾਲ ਬਾਅਦ ਮਾਰ ਦਈਏ? ਨਿਹਾਲ ਕੌਰ, ਵੇ ਮੈਂ ਮਾਰੀ ਸੀ ਉਹ? ਸੁਖਦੇਵ, ਉਹ ਤਾਂ ਨਹੀਂ ਸੀ ਤੂੰ ਮਾਰੀ, ਇਹ ਤਾਂ ਮਾਰਨੀ ਪਊ ਨਾ। ਨਿਹਾਲ ਕੌਰ, ਬਸ ਕਰ ਵੇ ਮੁੰਡਿਆ, ਐਵੇਂ ਵਾਧੂ ਗੱਲਾਂ ਦੀ ਆਦਤ ਹੈ, ਲਓ ਹੁਣ ਫੁਲਕੇ ਪੱਕ ਗਏ, ਤੁਸੀਂ ਮਾਂ ਪੁੱਤ ਰੋਟੀ ਖਾਓ ਬੈਠ ਕੇ। ਤੁਸੀਂ ਵੀ ਸੁਖਦੇਵ ਹੋਰਾਂ ਕੋਲ ਹੀ ਚੱਲ ਬੈਠੋ ਦੂਜੀ ਕੁਰਸੀ ਤੇ, ਮੈਂ ਸੂਲ ਰੱਖਦੀ ਹਾਂ ਤੇ ਤੁਹਾਨੂੰ ਰੋਟੀ ਪਾਉਣੀ ਆ। ਨਿਹਾਲ ਕੌਰ, ਮੈਂ ਫਿਰ ਖਾ ਲਓ, ਤੂੰ ਮੁੰਡੇ ਨੂੰ ਖਵਾ ਪਹਿਲੋ, ਕੱਲ ਦਾ ਭੁੱਖਾ ਹੋਊ, ਗੱਡੀ ਵਿੱਚ ਕੋਈ ਰੋਟੀ ਦਾ ਹੱਜ ਹੁੰਦਾ। ਸੁਖਦੇਵ, ਮਾਂ ਜੀ ਤੁਸੀਂ ਮੇਰੇ ਕੋਲ ਆ ਜਾਓ, ਮਨਜੀਤ ਖਵਾਉਂਦੀ ਹੈ ਰੋਟੀਆਂ ਆਪਾਂ ਦੋਹਾਂ ਨੂੰ। ਨਿਹਾਲ ਕੌਰ, ਚੰਗਾ ਭਾਈ ਮੈਂ ਤੇਰੇ ਕੋਲ ਬੈਠ ਜਾਣੀ ਹਾਂ, ਮੈਂ ਰੋਟੀ ਤੇਰੇ ਪਿਓ ਆਏ ਤੇ ਖਾਓ। ਉੱਠ ਕੇ ਸੁਖਦੇਵ ਕੋਲ ਕੁਰਸੀ ਤੇ ਆ ਬੈਠਦੀ ਹੈ। ਮਨਜੀਤ ਦੋਹਾਂ ਅੱਗੇ ਇੱਕ ਤਿਪਾਈ ਲਿਆ ਰੱਖਦੀ ਹੈ ਤੇ ਥਾਲੀ ਵਿੱਚ ਰੋਟੀ ਪਾ ਲਿਆਉਂਦੀ ਹੈ। ਸੁਖਦੇਵ ਕੜਾਹ ਵੱਲ ਦੇਖ ਕੇ, ਇੰਨਾ ਕੜਾਹ ਤਾਂ ਨਹੀਂ ਖਾਣਾ ਮੈਂ ਮਨਜੀਤ ਜੀ, ਅੱਧਾ ਕਰ ਲਓ। ਨਿਹਾਲ ਕੌਰ, ਵੇ ਪੁੱਤ ਇੰਨਾ ਕੜਾਹ ਤਾਂ ਮੈਂ ਖਾ ਲੈਣੀ ਆ, ਤੂੰ ਅੱਧਾ ਕਰਾਉਣਾ ਹੈ? ਸੁਖਦੇਵ, ਦੋ ਵਾਰੀ ਕਰਕੇ ਤਾਂ ਖਾ ਲਓ ਮਾਂ ਜੀ, ਭਰੀ ਹੋਈ ਪਲੇਟ ਤੋਂ ਤਾਂ ਡਰ ਆਉਂਦਾ। ਮਨਜੀਤ, ਖਾ ਲਓ, ਬਚਦਾ ਮੈਂ ਖਾ ਲਉ। ਸੁਖਦੇਵ, ਤੇ ਆ ਜਾ ਤੂੰ ਵੀ ਬੈਠ ਜਾ। ਮਨਜੀਤ, ਨਹੀਂ ਰਸੋਈ ਵਿੱਚ ਕਾਊ ਕੁੱਤੇ ਪੈਣਗੇ, ਮੈਂ ਫੇਰ ਖਾ ਲਓ। ਡਾਕੀਆ ਸਟੇਜ ਪਿੱਛੋਂ, ਬੀਬੀ ਜੀ ਚਿੱਠੀ ਲੈ ਲਓ। ਮਨਜੀਤ ਡਾਕੀਏ ਵੱਲ ਨੂੰ ਜਾਂਦੀ ਹੋਈ, ਲਿਆ ਭਾਈ। ਚਿੱਠੀ ਲੈ ਕੇ ਸੁਖਦੇਵ ਪਾਸ ਲਿਆ ਰੱਖਦੀ ਹੈ ਤੇ ਸੁਖਦੇਵ ਨੂੰ, ਤੁਸੀਂ ਰੋਟੀ ਖਾ ਲਓ, ਫਿਰ ਚਿੱਠੀਆਂ ਖੋਲਾਂ, ਹੋਰ ਫੁਲਕਾ ਲਿਆਵਾਂ। ਸੁਖਦੇਵ ਸਿਰ ਮਾਰ ਕੇ, ਨਹੀਂ ਬਸ। ਮਨਜੀਤ ਚਿੱਠੀਆਂ ਵਿੱਚੋਂ ਇੱਕ ਚੁੱਕ ਕੇ, ਆਹ ਤਾਂ ਬੀਬੀ ਜੀ ਦੀ ਚਿੱਠੀ ਹੈ, ਪਾੜ ਲੈਂਦੀ ਹੈ ਤੇ ਛੇਤੀ ਛੇਤੀ ਪੜ ਕੇ ਵਾਪਿਸ ਰੱਖ ਦਿੰਦੀ ਹੈ। ਸੁਖਦੇਵ ਜਦ ਰੋਟੀ ਖਾ ਲੈਂਦਾ ਹੈ ਤੇ ਚਿੱਠੀ ਚੁੱਕਦਾ ਹੈ। ਸੁਖਦੇਵ ਮਨਜੀਤ ਨੂੰ, ਕਿਉਂ, ਕੀ ਲਿਖਿਆ ਹੈ ਭੈਣ ਜੀ ਨੇ? ਮਨਜੀਤ ਉਦਾਸ ਆਵਾਜ਼ ਵਿੱਚ, ਪੜ ਲਵੋ। ਨਿਹਾਲ ਕੌਰ, ਸੁਣਾ ਪੁੱਤ, ਪੜ ਕੇ ਮੇਰੀ ਧੀ ਦੀ ਚਿੱਠੀ। ਸੁਖਦੇਵ, ਕੀ ਸੁਣਾਵਾ ਮਾਂ ਜੀ, ਭੈਣ ਜੀ ਤਾਂ ਬੜੇ ਦੁਖੀ ਨੇ। ਨਿਹਾਲ ਕੌਰ, ਇਹ ਤਾਂ ਮੈਨੂੰ ਪਤਾ ਹੀ ਸੀ, ਪ੍ਰਾਹੁਣਾ ਨਹੀਂ ਸਾਡੇ ਕਿਸੇ ਕੰਮ ਦਾ। ਕੀ ਲਿਖਦੀ ਹੈ ਬੀਬੀ? ਸੁਖਦੇਵ ਲਿਖਦੀ ਹੈ, ਬਈ ਬਲਵੰਤ ਸਿੰਘ ਹੋਰੀ ਸ਼ਰਾਬ ਪੀਣ ਲੱਗ ਪਏ ਨੇ, ਅੱਧੀ ਅੱਧੀ ਰਾਤ ਤੱਕ ਘਰ ਨਹੀਂ ਆਉਂਦੇ, ਭੈਣ ਜੀ ਅੱਗੋਂ ਕੁਛ ਬੋਲਦੇ ਨੇ ਤਾਂ ਮਾਰਨ ਪੈਂਦੇ ਨੇ, ਤੇ ਆਖਦੇ ਨੇ ਮੈਂ ਦੂਜਾ ਵਿਆਹ ਕਰਵਾ ਲੈਣਾ।
ਨਿਹਾਲ ਕੌਰ ਅੱਖਾਂ ਵਿੱਚ ਹੰਝੂ ਭਰ ਕੇ ਘਿਓ ਦੂਜਾ ਵਿਆਹ ਕਿਉਂ ਕਰਵਾ ਲੈਣਾ ਤੇ ਬੀਬੀ ਕਾਹਨੂੰ ਰੋਕਦੀ ਹੈ ਸ਼ਰਾਬ ਤੋਂ ਵਿਆਹ ਹੋਵੇ ਪੀ ਲਵੇ ਜਿੰਨੀ ਸ਼ਰਾਬ ਪੀ ਹੁੰਦੀ ਹੈ ਉਹ ਐਵੇਂ ਮੁਕਤ ਤਾਂ ਆਪਣੀ ਜਾਨ ਨੂੰ ਕਲੇਸ਼ ਪਾਉਂਦੀ ਹੈ ਸੁਖਦੇਵ ਪਰ ਵਿਆਹ ਤਾਂ ਉਹ ਇਸ ਕਰਕੇ ਕਰਾਉਣਾ ਚਾਹੁੰਦਾ ਹੈ ਕਿ ਭੈਣ ਜੀ ਦੇ ਕੋਈ ਮੁੰਡਾ ਨਹੀਂ ਨਿਹਾਲ ਕੌਰ ਹੋ ਜੋ ਮੁੰਡਾ ਮੇਰੀ ਧੀ ਕੋਈ ਬੁੜੀ ਹੋ ਗਈ ਹੁਣੇ ਦੋ ਕੁੜੀਆਂ ਵੀ ਕੋਈ ਬਹੁਤੀਆਂ ਹੁੰਦੀਆਂ ਨੇ ਦੂਜੀ ਨੂੰ ਵੀ ਜੇ ਕੁੜੀਆਂ ਹੋਈਆਂ ਫਿਰ ਕੀ ਕਰੂ ਸੁਖਦੇਵ ਫਿਰ ਤੀਜਾ ਵਿਆਹ ਕਰਾ ਲੂ ਪਰ ਆਪਾਂ ਨੂੰ ਤਾਂ ਹੁਣ ਦੂਜੇ ਦਾ ਹੀ ਦੁੱਖ ਐਨਾ ਹੈ ਨਿਹਾਲ ਕੌਰ ਡੁਸਕ ਕੇ ਨਹੀਂ ਬਹੂ ਮੈਨੂੰ ਮਾਫ ਕਰੀ ਮੈਂ ਤੇਰੇ ਨਾਲ ਜਿਹੜੀਆਂ ਦੂਜੇ ਵਿਆਹ ਦੀਆਂ ਗੱਲਾਂ ਕੀਤੀਆਂ ਨੇ ਮੈਂ ਭੁੱਲੀ ਮੈਂ ਤਾਂ ਆਪ ਇਸ ਦੂਜੇ ਵਿਆਹ ਦਾ ਬਥੇਰਾ ਦੁੱਖ ਭੋਗ ਚੁੱਕੀ ਹਾਂ ਮੇਰੀ ਧੀ ਤੇ ਇਹ ਹਣੀ ਕਿਹੜੇ ਪਾਪ ਦਾ ਫਲ ਹੋ ਕੇ ਬੀਤਦੀ ਹੈ ਜਿਹੜੇ ਬਹੂ ਮੈਂ ਤੈਨੂੰ ਬੋਲ ਕਬੂਲ ਕਹੇ ਨੇ ਉਹਨਾਂ ਬੋਲਾਂ ਦੀ ਮੈਂ ਤੇਤੋਂ ਤੇ ਵਾਹਿਗੁਰੂ ਤੋਂ ਮਾਫ਼ੀ ਮੰਗਦੀ ਹਾਂ ਮਨਜੀਤ ਕੋਈ ਨੀ ਮਾਂ ਜੀ ਰੋਵੋ ਨਾ ਹੁਣ ਜ਼ਮਾਨਾ ਬਦਲ ਰਹੇ ਇਸਤਰੀ ਦੀ ਜਾਤ ਹੁਣ ਐਵੇਂ ਬੇਵਸ ਨਹੀਂ ਬੀਬੀ ਦੇ ਇਸ ਦੁੱਖ ਦਾ ਇਲਾਜ ਸਾਡੀ ਇਸਤਰੀ ਸਭਾ ਕਰ ਲੂ ਨਿਹਾਲ ਕੌਰ ਇਸਤਰੀ ਸਭਾ ਕੀ ਇਲਾਜ ਕਰੂ ਦੱਸ ਨੀ ਵੋ ਛੇਤੀ ਮੇਰੇ ਮਨ ਨੂੰ ਹੌਸਲਾ ਦੇਵੇ ਸੁਖਦੇਵ ਇਹ ਇਸਤਰੀ ਸਭਾ ਕੀ ਹੈ ਮਨਜੀਤ ਜੀ ਮਨਜੀਤ ਸਾਰੇ ਪੰਜਾਬ ਵਿੱਚ ਸੁਖਦੇਵ ਜੀ ਅਸਾਂ ਹੁਣ ਲੋਕ ਇਸਤਰੀ ਸਭਾ ਬਣਾਈ ਹੈ ਜ਼ਿਲ੍ਹੇ ਪਿੰਡ ਵਿੱਚ ਉਹਦੀਆਂ ਸ਼ਾਖਾਂ ਬਣ ਰਹੀਆਂ ਨੇ ਤੇ ਪੰਜਾਬ ਦੀ ਇਸਤਰੀ ਆਪਣੇ ਦੁੱਖਾਂ ਦੀ ਨਿਵਿਰਤੀ ਤੇ ਹੱਕਾਂ ਦੀ ਰਾਖੀ ਲਈ ਜਥੇਬੰਦ ਹੋ ਰਹੀ ਹੈ ਮੈਨੂੰ ਪਤਾ ਹੈ ਭੈਣ ਜੀ ਦੇ ਪਿੰਡ ਵਿੱਚ ਲੋਕ ਇਸਤਰੀ ਸਭਾ ਦੀ ਸ਼ਾਖ ਹੈ ਉੱਥੋਂ ਦੀ ਪ੍ਰਬੰਧਕ ਸਤਵੰਤ ਕੌਰ ਤਾਂ ਬੜੀ ਧੜਲੇਦਾਰ ਇਸਤਰੀ ਹੈ ਮੈਂ ਹੁਣੇ ਉਹਦੇ ਵੱਲ ਸੁਨੇਹਾ ਭੇਜਦੀ ਹਾਂ ਗੁਆਂਢਣ ਦੇ ਹੱਥ ਸਭਾ ਬਲਵੰਤ ਸਿੰਘ ਨੂੰ ਟੱਬਦੇ ਹੀ ਸਿੱਧੇ ਰਾਹ ਤੇ ਲਿਆ ਦੇਵੇਗੀ ਨਿਹਾਲ ਕੌਰ ਧੰਨੀ ਬਹੂ ਤੁਸੀਂ ਤੇ ਧੰਨ ਤੁਹਾਡੀ ਇਸਤਰੀ ਸਭਾ ਜੇ ਤੁਸੀਂ ਮੇਰੀ ਧੀ ਦਾ ਦੁੱਖ ਨਿਵਿਰਤ ਕਰ ਦੇਵੋ ਮੈਂ ਤਾਂ ਗੁਆਂਢਣ ਤੋਂ ਵੀ ਜਾ ਕੇ ਆਪਣੀ ਭੁੱਲ ਬਖਸ਼ਾਉਂਗੀ ਜਿਹਨੂੰ ਮੈਂ ਇਸ ਸਭਾ ਬਾਰੇ ਇੰਨੇ ਬੋਲ 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 ਸੁਖਦੇਵ ਸਿੰਘ ਦਾ ਪਿਤਾ ਗੁਰਦਿੱਤ ਸਿੰਘ ਅੰਦਰ ਆਉਂਦਾ ਹੈ ਸੁਖਦੇਵ ਆਓ ਬਾਪੂ ਜੀ ਵੀ ਆ ਗਏ ਉੱਠ ਕੇ ਬਾਪੂ ਜੀ ਸਤਿ ਸ੍ਰੀ ਅਕਾਲ ਗੁਰਦਿੱਤ ਸਿੰਘ ਸਤਿ ਸ੍ਰੀ ਅਕਾਲ ਸੁਣਾ ਸੁਖਦੇਵ ਕਿੰਨਾ ਕੁ ਚਿਰ ਹੋ ਗਿਆ ਤੈਨੂੰ ਆਏ ਨੂੰ ਸੁਖਦੇਵ ਥੋੜਾ ਹੀ ਚਿਰ ਹੋਇਆ ਬਾਪੂ ਜੀ ਬਸ ਆ ਕੇ ਨਹਾ ਕੇ ਰੋਟੀ ਖਾਣ ਲੱਗਾ ਸੀ ਗੁਰਦਿੱਤ ਸਿੰਘ ਬਹਿ ਜਾ ਖਾ ਤੂੰ ਰੋਟੀ ਮਨਜੀਤ ਤੁਸੀਂ ਵੀ ਖਾਵੋ ਬਾਪੂ ਜੀ ਰੋਟੀ ਖਾਣ ਤੁਸੀਂ ਵੀ ਬੈਠੋ ਬਾਪੂ ਜੀ ਰੋਟੀ ਖਾਣ ਗੁਰਦਿੱਤ ਸਿੰਘ ਮੈਂ ਵੀ ਖਾ ਲੈਣਾ ਪਰ ਇਹ ਸੁਖਦੇਵ ਦੀ ਮਾਂ ਕਿਉਂ ਇਹ ਬੁੱਲ ਢਿੱਲੇ ਕਰੀ ਖੜੀ ਹੈ ਕੀ ਗੱਲ ਹੈ ਸੁਖਦੇਵ ਦੀ ਮਾਂ ਨਿਹਾਲ ਕੌਰ ਟੁਸਕਦੀ ਈ ਹੋਈ ਆ ਬੀਬੀ ਦੀ ਚਿੱਠੀ ਆਈ ਹੈ ਗੁਰਦਿੱਤ ਸਿੰਘ ਕਿਉਂ ਸੁਖਤਾ ਹੈ ਨਿਹਾਲ ਕੌਰ ਉਹ ਤਾਂ ਸੁਖੀ ਸਾਂਦ ਹੈ ਪਰ ਉਹੀ ਗੱਲ ਪਰਾਉਣਾ ਕਿਸੇ ਕੰਮ ਦਾ ਨਹੀਂ ਗੁਰਦਿੱਤ ਸਿੰਘ ਕੀ ਆਖਦਾ ਪਰਾਉਣਾ ਨਿਹਾਲ ਕੌਰ ਆਹੀ ਮੁੰਡੇ ਨੇ ਪੜ੍ਹ ਕੇ ਸੁਣਾਇਆ ਹੈ ਬੀਬੀ ਵਿਚਾਰੀ ਦੁਖੀ ਹੈ ਗੁਰਦਿੱਤ ਸਿੰਘ ਦੁਖੀ ਤਾਂ ਹੈ ਪਰ ਕਿਹੜੀ ਗੱਲ ਕਿਹੜੀ ਗੱਲ ਕੀ ਹੈ ਦੁਖੀ ਦਾ ਤਾਂ ਮੈਨੂੰ ਪਤਾ ਹੀ ਹੈ ਜਗੀਰਦਾਰਾਂ ਦੇ ਘਰ ਧੀ ਨੂੰ ਵਿਆਹ ਕੇ ਸੁੱਖ ਤੂੰ ਸੁੱਖ ਦੀ ਆਸ ਰੱਖੀ ਹੋਣੀ ਹੈ ਨਿਹਾਲ ਕੌਰ ਤੁਸੀਂ ਤਾਂ ਬਥੇਰਾ ਕਹਿੰਦੇ ਸੀ ਜਗੀਰਦਾਰਾਂ ਨਾਲ ਆਪਣੀ ਨਿਭਣੀ ਨਹੀਂ ਮੇਰੀ ਮਤ ਨੂੰ ਖ਼ਬਰ ਨਹੀਂ ਕੀ ਹੋਇਆ ਸੀ ਕਿਸਮਤੀ ਦੀ ਗੁਰਦਿੱਤ ਸਿੰਘ ਪਰ ਹੁਣ ਗੱਲ ਵੀ ਕੋਈ ਸੁਖਦੇਵ ਸਿੰਘ ਗੱਲ ਕੀ ਹੋਣੀ ਸੀ ਬਾਪੂ ਜੀ ਬਲਵੰਤ ਸਿੰਘ ਕਹਿੰਦੇ ਮੈਂ ਵਿਆਹ ਹੋਰ ਕਰਵਾ ਲੈ ਗੁਰਦਿੱਤ ਸਿੰਘ ਕਰਵਾ ਲਵੇ ਕੱਲ ਕਰਾਉਂਦਾ ਅੱਜ ਕਰਾ ਲਵੇ ਮੈਂ ਧੀ ਨੂੰ ਬੁਲਾ ਲਓ ਇੱਥੇ ਆਪਣੇ ਕੋਲ ਮੇਰੇ ਕੋਲ ਧੀ ਦੀ ਉਮਰ ਨੰਗਾ ਦੇਣ ਜੋਗਾ ਬਥੇਰਾ ਹੈ ਗੁਰੂ ਦਾ ਦਿੱਤਾ ਹੋਇਆ ਸੁਖਦੇਵ ਕਿਉਂ ਨਹੀਂ ਬਾਪੂ ਜੀ ਵਿਆਹ ਕਰਾ ਲਓ ਉਹ ਦੂਜਾ ਮਖੌਲ ਹੀ ਹੈ ਦੂਜਾ ਵਿਆਹ ਅਸੀਂ ਮਰ ਗਏ ਮੁਜਾਰੀਆਂ ਨਾਲ ਲੋਕ ਵੀ ਮਾੜੇ ਹਾਂ ਅਸੀਂ ਮੁਜਾਰੀਆਂ ਤੋਂ ਤਾਂ ਪਹਿਲਾਂ ਖੇੜਾ ਛੁਡਾ ਲਵੇ ਮਨਜੀਤ ਉਹਨਾਂ ਨਾਲ ਕਿਹੜਾ ਸੁਰ ਨਾਲ ਵਰਤਦੇ ਨਿੱਤ ਦਿਹਾੜੀ ਤਾਂ ਬੈਠ ਚੁੱਕਿਆ ਹੋਇਆ ਬੀਬੀ ਕਹਿੰਦੀ ਸੀ ਹਰ ਦਮ ਜਾਨ ਦਾ ਖਤਰਾ ਰਹਿੰਦਾ ਹੈ ਗੁਰਦਿੱਤ ਸਿੰਘ ਖਤਰੀਆਂ ਨੂੰ ਕੀ ਸਮਝਦੇ ਨੇ
ਇਹੋ ਜਿਹੇ ਇਹਨਾਂ ਜਗੀਰਦਾਰਾਂ ਨਾਲ ਤਾਂ ਸੰਬੰਧ ਪਾਉਣ ਵਾਲਾ ਪਰਲੇ ਦਰਜੇ ਦਾ ਅਹਿਮਕ ਹੁੰਦੇ ਬਾਹਰ ਟਾਂਗੇ ਦੀ ਖੜਕ ਸੁਣਾਈ ਦਿੰਦੀ ਹੈ। ਮਨਜੀਤ ਆ ਟਾਂਗਾ ਹੋਰ ਕਿਹਦਾ ਆ ਗਿਆ ਆਪਣੇ ਘਰ ਨੂੰ ਹੀ ਆਉਂਦੇ। ਟਾਂਗਾ ਦਰਵਾਜ਼ੇ ਵਿੱਚ ਆ ਕੇ ਖਲੋ ਗਿਆ ਤੇ ਉਸ ਤੇ ਉਤਰ ਕੇ ਸੁਖਦੇਵ ਕੌਰ ਦੋ ਬੱਚਿਆਂ 5 ਤੇ 3 ਸਾਲ ਸਿਰ ਤੇ ਦਿਖਾਈ ਦਿੰਦੀ ਹੈ। ਸੁਖਦੇਵ ਲਓ ਉਹ ਬੀਬੀ ਆਪ ਆ ਗਈ। ਮਨਜੀਤ ਹੈ ਬੀਬੀ ਆਪ ਉੱਠ ਕੇ ਬੀਬੀ ਵੱਲ ਨੂੰ ਅਹੁਲਦੀ ਹੈ। ਮੈਂ ਉਡੀਕਦੀ ਤਾਂ ਸੀ ਬੀਬੀ ਨੂੰ ਪਰ ਇਸ ਚਿੱਠੀ ਨੇ ਸਭ ਕੁਛ ਭੁਲਾ ਦਿੱਤਾ ਸੀ। ਨੱਸ ਕੇ ਜਾ ਕੇ ਸੁਖਦੇਵ ਕੌਰ ਨੂੰ ਜੱਫੀ ਪਾ ਲੈਂਦੀ ਹੈ। ਨਿਹਾਲ ਕੌਰ ਸੁਖਦੇਵ ਕੌਰ ਵੱਲ ਨੂੰ ਅਹੁਲਦੀ ਹੋਈ ਬੀਬੀ ਸੁਖ ਨਾਲ ਤਾਂ ਆਈ ਹੈ। ਛੋਟੀ ਬੱਚੀ ਨੂੰ ਗੋਦੀ ਵਿੱਚ ਲੈ ਲੈਂਦੀ ਹੈ। ਸੁਖਦੇਵ ਕੌਰ ਸੁਖ ਨਾਲ ਹੀ ਆਈ ਆ, ਮੇਰੀ ਚਿੱਠੀ ਦਾ ਫਿਕਰ ਨਾ ਕਰੋ ਬਹੁਤਾ। ਮਨਜੀਤ ਦੀ ਜੱਫੀ ਛੱਡਦੀ ਹੋਈ ਮੈਂ ਤਾਂ ਵੀਰ ਨੂੰ ਮਿਲਣ ਆਈ ਆ। ਸੁਖਦੇਵ ਵੱਲ ਤੂੰ ਵੀਰ ਲਿਖਿਆ ਜੋ ਸੀ ਬਈ ਮੈਂ ਛੇਤੀ ਮੁੜ ਜਾਣਾ। ਮੈਂ ਆਖਿਆ ਕਾਹਨੂੰ ਕੋਈ ਦਿਨ ਖੁੰ ਜਾਵਾਂ। ਸੁਖਦੇਵ ਬਹੁਤ ਚੰਗਾ ਕੀਤਾ ਬੀਬੀ ਸਤਿ ਸ੍ਰੀ ਅਕਾਲ। ਵੱਡੀ ਬੱਚੀ ਨੂੰ ਪਿਆਰ ਦਿੰਦਾ ਸਤਿ ਸ੍ਰੀ ਅਕਾਲ ਗੋਗੀ ਗੋਗੀ ਹੌਲੀ ਜੀ ਸਤਿ ਸ੍ਰੀ ਅਕਾਲ ਮੰਮਾ ਜੀ। ਸੁਖਦੇਵ ਕੌਰ ਬਾਪੂ ਜੀ ਸਤਿ ਸ੍ਰੀ ਅਕਾਲ। ਨਿਹਾਲ ਕੌਰ ਜੱਫੀ ਪਾ ਕੇ ਮਿਲਦੀ ਹੈ ਤੁਸੀਂ ਚੁੱਪ ਚਾਪ ਖੜੇ ਹੋ। ਗੁਰਦੀਪ ਸਿੰਘ ਸਤਿ ਸ੍ਰੀ ਅਕਾਲ ਪਰ ਆ ਚਿੱਠੀ ਕੀ ਕਹਿੰਦੀ ਹੈ। ਤੇਰੀ ਚਿੱਠੀ ਹੈ ਨਾ ਚਿੱਠੀ ਉਸਨੂੰ ਫੜਾਉਂਦਾ ਹੈ। ਸੁਖਦੇਵ ਕੌਰ ਚਿੱਠੀ ਤਾਂ ਮੇਰੀ ਹੈ ਪਰ ਕਿਹੜੀ ਐਡੀ ਫਿਕਰ ਵਾਲੀ ਗੱਲ ਹੈ। ਇਹਦੇ ਚ ਸ਼ਰਾਬ ਕੋਈ ਨਵੀਂ ਗੱਲ ਹੈ ਉਹਨਾਂ ਲਈ? ਇਹ ਸਾਡੇ ਘਰ ਦਾ ਕਲੇਸ਼ ਤੁਹਾਡੇ ਲਈ ਕੋਈ ਨਵੀਂ ਗੱਲ ਹੈ? ਮਨਜੀਤ ਪਰ ਬੀਬੀ ਇਹਦੇ ਚ ਤਾਂ ਕੁਝ ਹੋਰ ਵੀ ਲਿਖਿਆ ਹੋਇਆ ਕਿ ਬਈ ਬਲਵੰਤ ਸਿਉਂ ਹੋਰੀ ਦੂਜਾ ਵਿਆਹ ਕਰਾਉਂਦੇ ਨੇ। ਸੁਖਦੇਵ ਕੌਰ ਚਿੱਠੀ ਨੂੰ ਖੋਲ ਕੇ ਦੇਖਦੀ ਹੈ ਦੂਜਾ ਵਿਆਹ? ਇਹੀ ਜਿਹੀ ਤਾਂ ਹਾਲੇ ਕੋਈ ਗੱਲ ਨਹੀਂ ਹੋਈ। ਕੱਲ ਨੂੰ ਹੋ ਜਾਵੇ ਤਾਂ ਕੋਈ ਚਰਜ ਵੀ ਨਹੀਂ। ਚਿੱਠੀ ਪੜ ਕੇ ਅੱਛਾ ਮਨਜੀਤ ਕਿਉਂ? ਸੁਖਦੇਵ ਇਹ ਗੱਲ ਉਹਨਾਂ ਨੇ ਆਪ ਵਧਾ ਦਿੱਤੀ। ਅੱਛਾ ਡਰਾਵੇ ਦਿੰਦੇ ਨੇ ਦੂਜੇ ਵਿਆਹ ਦੇ ਤੁਹਾਨੂੰ? ਸੁਖਦੇਵ ਕੌਰ ਉਹਨਾਂ ਨੇ ਆਪ ਲਿਖ ਦਿੱਤੀ ਇਹ ਗੱਲ? ਸੁਖਦੇਵ ਕੌਰ ਤੇ ਹੋਰ ਚਿੱਠੀ ਸੁਖਦੇਵ ਸਿੰਘ ਨੂੰ ਫੜਾਉਂਦੀ ਹੋਈ ਤੁਸੀਂ ਉਹਨਾਂ ਦਾ ਵੱਖਰਾ ਦਸਤਖਤ ਨਹੀਂ ਪਛਾਣਿਆ? ਸੁਖਦੇਵ ਚਿੱਠੀ ਨੂੰ ਦੇਖਦਾ ਹੋਇਆ ਵਾਹ ਬਈ ਵਾਹ ਸਾਡਾ ਤਾਂ ਚੰਗਾ ਮੌਜੂ ਬਣਾਇਆ ਪਰ ਮਾਂ ਜੀ ਦਾ ਮੌਜੂ ਨਹੀਂ ਬਣਿਆ। ਇਹਨਾਂ ਨੂੰ ਤਾਂ ਚੰਗੀ ਸੋਹਣੀ ਸਿੱਖਿਆ ਮਿਲਣੀ ਚਾਹੀਦੀ ਹੈ। ਨਿਹਾਲ ਕੌਰ ਮਿਲ ਗਈ ਬੇਬੁੱਧ ਸਿੱਖਿਆ ਹੁਣ ਮੇਰੇ ਮਗਰ ਇਹ ਗੱਲ ਨਾ ਪਾ ਦਿਓ। ਸੁਖਦੇਵ ਕੌਰ ਕੀ ਸਿੱਖਿਆ ਮਿਲ ਗਈ ਮਾਂ ਜੀ ਨੂੰ? ਸੁਖਦੇਵ ਆਪ ਦੱਸ ਦੇਣਗੇ ਤੁਹਾਨੂੰ। ਮਨਜੀਤ ਸੁਖਦੇਵ ਕੌਰ ਨੂੰ ਜੱਫੀ ਵਾਉਂਦੀ ਹੋਈ ਬੜੇ ਮੌਕੇ ਤੇ ਆਏ ਨੇ ਬੀਬੀ ਜੀ ਆਈ ਹੈ ਬੀਬੀ ਤੂੰ ਜੱਫੀ ਛੱਡ ਕੇ ਹੁਣ ਚੱਲ ਮੂੰਹ ਹੱਥ ਧੋ ਕੇ ਰੋਟੀ ਖਾਣ ਦੀ ਤਿਆਰੀ ਕਰ। ਸੁਖਦੇਵ ਪਾਸੋਂ ਬੱਚੀ ਨੂੰ ਫੜ ਕੇ ਮੂੰਹ ਚੁੰਮਦੀ ਹੈ। ਇਹਦੇ ਵਿੱਚ ਜਿਹੜੇ ਟਫ ਵਰਡ ਜਿਹੜੇ ਆ ਰਹੇ ਸਨ ਉਹ ਮੈਂ ਲਿਖ ਦਿੱਤੇ ਨੇ। ਫਿਰ ਵੀ ਅਗਰ ਤੁਹਾਨੂੰ ਕੋਈ ਟਫ ਵਰਡ ਨਜ਼ਰ ਆਉਂਦਾ ਹੈ ਤਾਂ ਤੁਸੀਂ ਪੁੱਛ ਸਕਦੇ ਹੋ। ਠੀਕ ਹੈ ਉਹ ਜਿੰਨੀ ਆਪਾਂ ਕੀਤੀ ਸੀ ਜਿਹੜੀ ਅੱਜ ਆਪਾਂ ਪੜ੍ਹੀ ਹੈ ਉਹਦੇ ਵਿੱਚ ਦੋ ਨਾਮ ਆਏ ਨੇ। ਠੀਕ ਹੈ ਇੱਕ ਪ੍ਰਬੰਧਕ ਹੈ ਸਤਵੰਤ ਕੌਰ ਜਿਹੜੀ ਉਹਦੀ ਇਸਤਰੀ ਸਭਾ ਦੀ ਪ੍ਰਬੰਧਕ ਹੈ ਪੂਰਾ ਪ੍ਰਬੰਧ ਕਰਦੀ ਹੈ ਸਤਵੰਤ ਕੌਰ ਇਹਨੂੰ ਅੰਡਰਲਾਈਨ ਕਰ ਲਓ। ਦੈਨ ਇੱਕ ਨਾਮ ਆਇਆ ਹੈ ਗੋਗੀ। ਗੋਗੀ ਹੈ ਸੁਖਦੇਵ ਕੌਰ ਦੀ ਕੁੜੀ। ਠੀਕ ਹੈ ਸੁਖਦੇਵ ਕੌਰ ਦੀਆਂ ਦੋ ਕੁੜੀਆਂ ਨੇ ਦੋ ਬੱਚੀਆਂ ਨੇ 5 ਤੇ 3 ਸਾਲ ਦੀ। ਠੀਕ ਹੈ ਹੁਣ ਦੇਖੋ ਕਿ ਉਹ ਜਦੋਂ ਉਹਦੀ ਚਿੱਠੀ ਆਉਂਦੀ ਹੈ ਤਾਂ ਨਿਹਾਲ ਕੌਰ ਬਹੁਤ ਜ਼ਿਆਦਾ ਦੁਖੀ ਹੋ ਜਾਂਦੀ ਹੈ ਕਿਉਂ ਉਹਨੂੰ ਲੱਗਦਾ ਹੈ ਕਿ ਮੇਰੀ ਕੁੜੀ ਦਾ ਦੂਸਰਾ ਵਿਆਹ ਹੋਣ ਲੱਗਾ। ਠੀਕ ਹੈ ਗੱਲ ਉਹੀ ਹੈ ਕਿ ਜਦੋਂ ਆਪਣੀ ਕੁੜੀ ਤੇ ਬੀਤਦੀ ਹੈ ਤਾਂ ਫਿਰ ਜਾ ਕੇ ਫੀਲ ਹੁੰਦਾ ਹੈ। ਠੀਕ ਹੈ ਫਿਰ ਉਹਨਾਂ ਲਈ ਨੋ ਦੇ ਬੀਤੇ ਦੀ ਗੱਲ ਕੋਈ ਨੀ ਮਾਇਨੇ ਰੱਖਦੀ। ਠੀਕ ਹੈ ਕਿਉਂਕਿ ਨੋ ਇੱਕ ਕਿ ਆਪਾਂ ਕਹਿੰਦੇ ਕਿ ਹਾਂ ਕਿ ਨੋ ਪਰਾਈ ਹੈ। ਠੀਕ ਹੈ ਇੱਕ ਕੁੜੀ ਨੂੰ ਇਹ ਸੁਣਨ ਨੂੰ ਮਿਲਦਾ ਨਾ ਕਿ ਉਹ ਪਹਿਲਾਂ ਪੇਕੇ ਘਰ ਹੁੰਦੀ ਹੈ ਤਾਂ ਹੁੰਦਾ ਹੈ ਕਿ ਇਹਨੇ ਇਹ ਤਾਂ ਪਰਾਈ ਹੈ ਇਹਨੇ ਆਪਣੇ ਘਰ ਜਾਣਾ ਹੈ। ਜਦੋਂ ਆਪਣੇ ਉੱਥੇ ਆਉਂਦੀ ਹੈ ਸਹੁਰੇ ਘਰ ਆਉਂਦੀ ਹੈ ਉੱਥੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਇਹ ਤਾਂ ਜੀ ਪਰਾਏ ਘਰੋਂ ਆਈ ਹੈ। ਠੀਕ ਹੈ ਮਤਲਬ ਉਹਨੂੰ ਆਪਣਾ ਫੈਮਿਲੀ ਮੈਂਬਰ ਨਹੀਂ ਮੰਨਿਆ ਜਾਂਦਾ। ਸੋ ਇਸੇ ਲਈ ਨਿਹਾਲ ਕੌਰ ਹਮੇਸ਼ਾ ਉਹਨੂੰ ਤਾਨੇ ਮੇਨੇ ਮਾਰਦੀ ਰਹਿੰਦੀ ਸੀਗੀ ਮੈਂ ਤੇਰਾ ਦੂਸਰਾ ਵਿਆਹ ਕਰ ਦੇਣਾ।
ਫਿਰ ਜਦੋਂ ਉਹਦੀ ਖੁਦ ਦੀ ਕੁੜੀ ਦੇ ਨਾਲ ਇਹ ਗੱਲ ਬੀਤਦੀ ਹੈ, ਹਾਲਾਂਕਿ ਉਹ ਬਲਵੰਤ ਸਿੰਘ ਦੂਸਰਾ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ, ਉਹਨੇ ਸਿਰਫ ਆਪਣੀ ਸੱਸ ਨਿਹਾਲ ਕੌਰ ਨੂੰ ਇੱਕ ਲੈਸਨ ਦੇਣਾ ਸੀ ਕਿ ਦੂਸਰਾ ਵਿਆਹ ਕਰਵਾਉਣ ਦੇ ਡਰਾਵੇ ਦੇਣ ਨਾਲ ਅਗਲੇ ਬੰਦੇ ਦੇ ਮਨ ਤੇ ਕੀ ਬੀਤਦੀ ਹੈ। ਠੀਕ ਹੈ, ਫਿਰ ਜਾ ਕੇ ਫਾਈਨਲੀ ਉਹਨੂੰ ਅਹਿਸਾਸ ਹੁੰਦਾ ਹੈ ਤੇ ਉਹ ਆਪਣੀ ਨੂੰਹ ਕੋਲੋਂ ਮਾਫੀ ਮੰਗਦੀ ਹੈ। ਠੀਕ ਹੈ, ਕਲੀਅਰ ਹੈ। ਹੁਣ ਮੈਨੂੰ ਇਹ ਦੱਸੋ, ਕਿਉਂਕਿ ਦੇਖੋ ਬੇਟਾ ਇਕਾਂਗੀ ਦੇ ਵਿੱਚ ਤੁਹਾਨੂੰ ਪਾਤਰ ਚਿਤਰਨ ਆਉਣੇ ਨੇ, ਜਿਹੜੇ ਬੈਕ ਐਕਸਰਸਾਈਜ਼ ਦੇ ਕੁਐਸਚਨ ਸੀ ਨਾ ਕਿ ਇਹ ਡਾਇਲੋਗ ਕਿਸਨੇ ਕਿਸ ਨੂੰ ਕਹੇ, ਉਹਨੂੰ ਤੁਸੀਂ ਆਪਣੀ ਫੇਅਰ ਕਾਪੀ ਤੇ ਨਾ ਲਿਖਿਓ। ਠੀਕ ਹੈ, ਉਹ ਸਿਰਫ ਤੁਸੀਂ ਆਪਣੀ ਬੁੱਕ ਉੱਤੇ ਹੀ ਮੈਂਸ਼ਨ ਕਰ ਸਕਦੇ ਹੋ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਇਕਾਂਗੀ ਪੜ੍ਹਨ ਦਾ ਮੇਰਾ ਮੋਟਿਵ ਇਹੀ ਸੀ, ਪਤਾ ਹੋਵੇ ਕਿ ਕਿਹੜਾ ਡਾਇਲੋਗ ਕਿਹਨੇ ਕਿਹਾ ਹੈ। ਠੀਕ ਹੈ, ਸੋ ਤੁਸੀਂ ਪਾਤਰ ਚਿਤਰਨ ਕਰਨੇ ਨੇ, ਤਿੰਨ ਹਨ, ਨਿਹਾਲ ਕੌਰ ਦਾ ਹੈ, ਸੁਖਦੇਵ ਦਾ ਤੇ ਮਨਜੀਤ ਦਾ। ਠੀਕ ਹੈ, ਇਸ ਤੋਂ ਇਲਾਵਾ ਜੇ ਗੁਰਦਿੱਤ ਸਿੰਘ ਦਾ ਆ ਜਾਵੇ ਤਾਂ ਉਹਦੇ ਵਿੱਚ ਮੈਂ ਤੁਹਾਨੂੰ ਤਿੰਨ ਚਾਰ ਪੁਆਇੰਟ ਲਿਖਵਾ ਦੇਵਾਂਗੀ। ਵੈਸੇ ਤਿੰਨ ਮੇਨ ਮੁੱਖ ਪਾਤਰ ਇਹੀ ਨੇ, ਆਪਾਂ ਇਹੀ ਡਿਸਕਸ ਕਰਨੇ ਨੇ। ਠੀਕ ਹੈ, ਔਰ ਇਸ ਤੋਂ ਇਲਾਵਾ ਐਕਸਟਰਾ ਕੁਐਸਚਨ ਆ ਸਕਦੇ ਨੇ, ਔਰ ਸਾਰ ਨੂੰ ਬੱਚੇ ਆਪਣੀ ਫੇਅਰ ਕਾਪੀ ਤੇ ਨਾ ਲਿਖਿਓ, ਕਿਉਂਕਿ ਕਾਫੀ ਬੱਚੇ ਨੇ ਜਿਹੜੇ ਮੈਨੂੰ ਕਾਪੀ ਭੇਜੀ, ਉਹਨਾਂ ਨੇ ਅੰਗ ਸੰਗ ਦਾ ਇਕਾਂਗ ਕਹਾਣੀ ਦਾ ਸਾਰ ਲਿਖਿਆ ਹੋਇਆ ਆਪਣੀ ਕਾਪੀ ਤੇ। ਠੀਕ ਹੈ, ਸੋ ਸਾਰ ਤੁਹਾਨੂੰ ਜੇ ਪਤਾ ਹੈ ਤਾਂ ਫਿਰ ਇਹਨੂੰ ਲਿਖਣ ਦੀ ਜ਼ਰੂਰਤ ਨਹੀਂ ਪੈਂਦੀ। ਠੀਕ ਹੈ, ਪੂਰੀ ਇਕਾਂਗੀ ਜਦੋਂ ਤੁਸੀਂ ਪੜ੍ਹ ਲਈ, ਉਹਨੂੰ ਤੁਸੀਂ ਸਮਰੀ ਲਿਖਣੀ ਹੈ, ਉਹਨੂੰ ਵੈਸੇ ਹੀ ਆਪਣੇ ਦਿਮਾਗ ਵਿੱਚ ਰੱਖ ਲਓ, ਵੈਸੇ ਹੀ ਲਰਨ ਕਰ ਲਓ। ਰਾਈਟ, ਸੋ ਸਾਰ ਨਾ ਲਿਖਿਓ, ਸਿਰਫ ਤੁਸੀਂ ਪਾਤਰ ਚਰਨ ਲਿਖਣੇ ਨੇ, ਔਰ ਜਿਹੜਾ ਐਕਸਟਰਾ ਕੁਐਸਚਨ ਹੋਣਗੇ। ਠੀਕ ਹੈ, ਐਕਸਟਰਾ ਕੁਐਸਚਨ ਚੋਂ ਜਿਸ ਤਰ੍ਹਾਂ ਵਿਸ਼ਾ ਹੋ ਗਿਆ, ਕਿਉਂਕਿ ਇਕਾਂਗੀ ਦਾ ਹਮੇਸ਼ਾ ਸਬਜੈਕਟ ਮੈਟਰ ਵਿਸ਼ਾ ਪੁੱਛਿਆ ਜਾਂਦਾ ਹੈ, ਔਰ ਇਹ ਤੁਹਾਨੂੰ ਆਉਣਾ ਹੀ ਆਉਣਾ ਹੈ, ਇਹ ਇੰਪੋਰਟੈਂਟ ਹੈ, ਜਾਂ ਇਸ ਇਕਾਂਗੀ ਦੇ ਵਿੱਚ ਇਕਾਂਗੀ ਕਰਨੀ ਕਿਹੜੀ ਸਮੱਸਿਆ ਨੂੰ ਪੇਸ਼ ਕੀਤਾ ਹੈ, ਆਲਮੋਸਟ ਵਿਸ਼ੇ ਵਾਲਾ ਹੀ ਹੁੰਦਾ ਹੈ। ਠੀਕ ਹੈ, ਇਹਨੂੰ ਜਾਂ ਤਾਂ ਤੁਸੀਂ ਪੈਰੇ ਵਿੱਚ ਲਿਖ ਸਕਦੇ ਹੋ, ਜਾਂ ਤੁਸੀਂ ਪੁਆਇੰਟਸ ਵਿੱਚ ਲਿਖ ਸਕਦੇ ਹੋ। ਠੀਕ ਹੈ, ਸੋ ਸਭ ਤੋਂ ਪਹਿਲਾਂ ਮੈਨੂੰ ਤੁਸੀਂ ਇਹ ਦੱਸੋ, ਕਿਉਂਕਿ ਇਕਾਂਗੀ ਆਪਾਂ 2-3 ਦਿਨ ਹੋ ਗਏ ਪੜ੍ਹ ਰਹੇ ਹਾਂ, ਸਿੱਖਿਆ ਕੀ ਮਿਲਦੀ ਹੈ? ਐਨੀਵਨ, ਹਰ ਇੱਕ ਲੈਸਨ ਤੋਂ, ਚਾਹੇ ਉਹ ਇਕਾਂਗੀ ਹੈ, ਕਹਾਣੀ ਹੈ, ਸਾਨੂੰ ਸਿੱਖਿਆ ਤਾਂ ਮਿਲਦੀ ਹੈ ਨਾ। ਕੌਣ ਬੋਲੇਗਾ ਕਿਹੜੀ ਸਿੱਖਿਆ ਮਿਲਦੀ ਹੈ, ਜਾਂ ਕਿਸ ਸਮੱਸਿਆ ਨੂੰ ਇਹਦੇ ਵਿੱਚ ਪੇਸ਼ ਕੀਤਾ ਗਿਆ ਹੈ? ਸੋ ਕੱਲ੍ਹ ਆਪਾਂ ਇਹਦੇ ਕੁਐਸਚਨ ਆਨਸਰਸ ਕਰ ਲਵਾਂਗੇ। ਠੀਕ ਹੈ, ਯੈਸ, ਸਿੱਖਿਆ ਕੀ ਮਿਲਦੀ ਹੈ? ਹਾਂਜੀ ਪ੍ਰਭੂਨ, ਇਕਾਂਗੀ ਕਾਰ ਨੇ ਦੂਜੇ ਵਿਆਹ ਵਾਲੀ ਸਮੱਸਿਆ ਦਾ ਜ਼ਿਕਰ ਕੀਤਾ ਹੈ ਕਿ ਪੁਰਾਣੇ ਜ਼ਮਾਨੇ ਵਿੱਚ ਜਿਹੜੀ ਸੱਸ ਹੁੰਦੀ ਸੀ ਉਹ ਨੂੰਹ ਨੂੰ ਤਾਨਾ ਮਾਰਦੀ ਰਹਿੰਦੀ ਸੀ ਕਿ ਜੇ ਉਹਦੇ ਘਰ ਸੰਤਾਨ ਨਾ ਹੋਵੇ ਤਾਂ ਉਸਨੂੰ ਉਹ ਉਸਦੇ ਪਤੀ ਦਾ ਦੂਜਾ ਵਿਆਹ ਕਰਵਾ ਦੇਵੇਗੀ। ਕਿ ਇਸ ਕਹਾਣੀ ਵਿੱਚ ਸਿੱਖਿਆ ਇਹ ਮਿਲਦੀ ਹੈ ਕਿ ਸਾਨੂੰ ਹਰ ਸਮੱਸਿਆ ਨੂੰ, ਹਰ ਇੱਕ ਮੋੜ ਨੂੰ ਹਾਸੇ ਵਿੱਚ ਝੇਲਣਾ ਚਾਹੀਦਾ ਹੈ, ਜਿਵੇਂ ਕਿ ਇਸ ਵਿੱਚ ਮਨਜੀਤ ਕੌਰ ਨੇ ਕੀਤਾ ਹੈ, ਤੇ ਸਾਨੂੰ ਕਿਸੇ ਨੂੰ ਵੀ ਤਾਣੇ ਮਿਹਣੇ ਨਹੀਂ ਮਾਰਨੇ ਚਾਹੀਦੇ। ਠੀਕ ਹੈ, ਗੁੱਡ। ਹੋਰ ਕੋਈ? ਵੈਰੀ ਗੁੱਡ ਪ੍ਰਭੂਨ, ਹੋਰ ਦੱਸੋ ਐਨੀਵਨ ਕਿ ਕਿਹੜੀ ਸਮੱਸਿਆ ਹੈ ਜਾਂ ਵਿਸ਼ਾ ਕਿਹੜਾ ਹੈ, ਕੁਐਸਚਨ ਹੀ ਲਿਖ ਲਓ। ਅੱਜ ਆਪਾਂ ਇਹ ਵਾਲਾ ਕੁਐਸਚਨ ਤੇ ਐਟਲੀਸਟ ਡਿਸਕਸ ਕਰੀਏ। ਠੀਕ ਹੈ, ਔਰ ਇਹਨੂੰ ਤੁਸੀਂ ਫੇਅਰ ਕਾਪੀ ਤੇ ਲਿਖਣਾ ਹੈ, ਇਕਾਂਗੀ ਦਾ ਵਿਸ਼ਾ ਜਾਂ ਸਮੱਸਿਆ, ਦੋਨਾਂ ਦੇ ਵਿੱਚੋਂ ਦੀ ਕੋਈ ਵੀ ਆ ਜਾਵੇ, ਆਨਸਰ ਵਿਲ ਬੀ ਸੇਮ। ਠੀਕ ਹੈ, ਸੋ ਹੁਣ ਜਿਸ ਤਰ੍ਹਾਂ ਪ੍ਰਭੂ ਨੇ ਕਿਹਾ ਹੈ ਕਿ ਇਹਦੇ ਵਿੱਚ ਦੂਸਰੇ ਵਿਆਹ ਦੀ ਸਮੱਸਿਆ ਨੂੰ ਪੇਸ਼ ਕੀਤਾ ਗਿਆ ਹੈ, ਪਹਿਲਾਂ ਤੇ ਅੱਜ ਦਾ ਦੂਸਰੇ ਵਿਆਹ ਦੀ ਸਮੱਸਿਆ। ਠੀਕ ਹੈ, ਰਾਈਟ, ਇਸ ਇਕਾਂਗੀ ਵਿੱਚ ਦੂਜੇ ਵਿਆਹ ਦੀ ਸਮੱਸਿਆ ਨੂੰ ਪੇਸ਼ ਕੀਤਾ ਗਿਆ ਹੈ ਕਿ ਦੂਜਾ ਵਿਆਹ ਜਿਹੜਾ ਹੈ ਉਹ ਪੁਰਾਣੇ ਜ਼ਮਾਨੇ ਦੀ ਰੀਤ ਸੀ। ਜਿਸ ਤਰ੍ਹਾਂ ਸੁਖਦੇਵ ਆਪਣੀ ਪਤਨੀ ਨੂੰ ਦੱਸਿਆ ਨਾ ਕਿ ਉਹਦੇ ਪਿਤਾ ਗੁਰਦਿੱਤ ਸਿੰਘ ਨੇ ਵੀ ਦੂਸਰਾ ਵਿਆਹ ਕਰਵਾਇਆ ਸੀ। ਠੀਕ ਹੈ, ਕਿਉਂ ਕਰਵਾਇਆ ਸੀ? ਕਿਉਂ? ਉਹ ਫੌਜ ਵਿੱਚ ਸੀ ਤੇ ਉਹਨੂੰ ਲੱਗਦਾ ਸੀ ਕਿ, ਕਿਉਂਕਿ ਪਹਿਲਾਂ ਦੇਖੋ ਕਿੰਨੇ ਲੋਕੀ ਕਰਦੇ ਸਨ, ਹਨਾ, ਬੱਚੇ ਕਿੰਨੇ ਹੋ ਜਾਂਦੇ ਸਨ, ਉਹਨੂੰ ਲੱਗਦਾ ਸੀਗਾ ਦੋ ਬੱਚੇ ਨਹੀਂ, ਹੋਰ ਬੱਚੇ ਹੋਣੇ ਚਾਹੀਦੇ ਨੇ। ਠੀਕ ਹੈ, ਸੋ ਇਹਦੇ ਲਈ ਉਹ ਕੀ ਕਰਦਾ, ਹੋਰ ਸੰਤਾਨ ਦੀ ਪ੍ਰਾਪਤੀ ਦੇ ਲਈ ਉਹ ਦੂਸਰਾ ਵਿਆਹ ਕਰ ਲੈਂਦਾ ਹੈ। ਚਲੋ, ਉਹ ਤਾਂ ਉਹ ਜਿਹੜੀ ਮਤਰੇਈ ਮਾਂ ਹੁੰਦੀ ਹੈ ਸੁਖਦੇਵ ਦੀ, ਉਹਦੇ ਬੱਚਾ ਨਹੀਂ ਹੁੰਦਾ ਕੋਈ ਵੀ। ਠੀਕ ਹੈ, ਤੇ ਉਹ 5 ਸਾਲਾਂ ਬਾਅਦ ਮਰ ਜਾਂਦੀ ਹੈ। ਇਹੀ ਦੁੱਖ ਹੁੰਦਾ ਹੈ ਨਿਹਾਲ ਕੌਰ ਨੂੰ ਕਿ ਮੈਂ ਜੋ ਚੀਜ਼ ਆਪ ਸਹੇੜੀ ਹੈ, ਜੋ ਦੁਖਾਵ ਮੈਂ ਝੇਲਿਆ ਹੈ, ਉਹੀ ਮੇਰੀ ਨੂੰਹ ਵੀ ਝੇਲੇ। ਠੀਕ ਹੈ, ਸੋ ਇਹ ਦੂਸਰੇ ਵਿਆਹ ਦੀ ਸਮੱਸਿਆ, ਇੱਕ ਦੂਸਰੇ ਵਿਆਹ ਦੀ ਸਮੱਸਿਆ ਤਾਂ ਕਰਕੇ ਕਿਉਂਕਿ
सुखदेव दे ता मनजीत दे कोई औलाद नहीं हुंदी, इसे लिए भी वंश नूं अगे तोरन दे लिए दूसरे विआह की गल की जाती है। ठीक है, ये तुसी दो रीजन ये देने ने। सैकेंड इस समस्या बन सकती है कि औरत औरत का दुख नहीं समझती, औरत ही औरत का दुख नहीं समझती। ये बच्चे पॉइंट्स ना लिखी चलो फिर तुसी इनू अपनी कॉपी ते एक्सप्लेन करना है। ठीक है, इस पॉइंट नू कितना एक्सप्लेन करोगे? और इफेक्ट है अजकल भी यही चीजा जड़िया ने चलदिया ने। ठीक है, आप हर एक दे दुश्मन होंगे हाँ, और खास करके जेड़ा साड़ा समाज है उहदे विच हमेशा ये गल चलती ही चलती है। चाहे औरत जड़ी है जिन्नी भी मर्जी पढ़ लिख जाए, ठीक है, पर उन्हें दूसरी औरत दे नाल हमेशा खार खानी ही खानी है, ईरखा करनी है। ठीक है, हुण इहदे विच एक औरत है निहाल कौर, दूसरी औरत है मनजीत। निहाल कौर ने कदी भी मनजीत का दुख नहीं समझिया, ठीक है, ते तां ही उहनूं हमेशा दूसरे विआह दे डरावे दिंदी रहिंदी है। पर जदों उहदी खुद दी कुड़ी दे नाल बीतदी है तां फिर उह बाद विच महसूस करदी है कि मनजीत नूं किद्दां हुंदा होएगा जदों मैं उहनूं दूसरे विआह दे ताने मारदी हाँ, फिर उहनूं माफ़ी उह तों माफ़ी मंगदी है। ठीक है, सो इस समस्या नूं भी इकांगी दे विच पेश कीता गया है। ठीक है, और दसो थोड़े अगर माइंड में कोई भी पॉइंट आता हो कि होर समस्या में इकांगी दे विच पेश कीता गया है। एनीवन होर पॉइंट आ सकता है कि जिहड़े समाजिक रिश्ते ने उन्हां विचकार की है मेल मिलाप नहीं है। ठीक है, समाजिक रिश्तियां विचकार मेल मिलाप नहीं है। कि जेड़े समाज ने रिश्ते बनाए होंगे ने जिस तरह नूह सस का है, सस सहुरे का है, पति पत्नी का है, ठीक है, उन्होंने कई बार मेल मिलाप हों नहीं है, उन्होंने कोई ना कोई गल न लैके झगड़ा चलता रहता है। जिस तरह निहाल कौर का मनजीत का, ठीक है, उन्होंने दोनों हसबेंड वाइफ की तो आपस में बड़ी अंडरस्टैंडिंग से, उन्होंने रिलेशन आप डिस्कस नहीं करना, पर कुड़ी सुखदेव कौर तो हसबेंड बलवंत सिंह उन्होंने भी कोई ना कोई मेल मिलाप नहीं हों, क्योंकि बलवंत सिंह हमेशा की करता सी, शराब पींदा सी, उन्हें तंग करता सी। ठीक है, सो समाजिक रिश्ते भी कई बार ये उलझना पैदा करते ने घरेलू जीवन के। ठीक है, सो वो की होंगे है बंदा जोड़ा है मनुख है वह मानसिक तनाव में आ जाता है। जिस तरह मनजीत चाहे हसमुख सुभा की सी, चाहे अपनी सस के ताने मैणियां हमेशा सहार दी सी, कभी उन्होंने जवाब नहीं दिंदी। ठीक है, और दूसरा विआह करवाउण दे चलो हक विच भी पहला तो वह कहती है कि कोई गल नहीं इसी सवा तो तेनों मुंडे के दूसरे विआह की इजाजत आप लै देवे, पर फिर भी वह अपने हसबेंड नूं प्यार करती है, वह मजाक विच कहती है। ठीक है, तो कि ना कि वो मन के भी तो टेंशन पई है ना कि जे मेरी सस ने वाकई ही हसबेंड का विआह कर दिता फिर। ठीक है, सो समाजिक उलझना, समाजिक रिश्ते समाजिक उलझना पैदा करते हैं। ठीक है, एक होर समस्या लास्ट है कि जो वो अपने पति का नाम लेंदी है ना मनजीत, सुखदेव जी कहती है तो पुरानी पीढ़ी के विचार इस विच पेश किया गया है। ठीक है, निहाल कौर पुरानी पीढ़ी के विचार ये निहाल कौर बारे लिख सकते हो कि वह अपने नूह नूं कहती है कि तू मेरे मुंडे का नाम नहीं लेना, ऐदा साढ़े घर में कोई भी नहीं करता। ठीक है, कि जिस तरह तू नाम लई जानी है। एक होर पुरानी पीढ़ी उन्हें लगता है क्योंकि पुरानी पीढ़ी की सोच है कि साडा जिहड़ा वंश है वह अगे वधना चाहिए, अगे वधन वाला वंश वह वंश का वारिस जिहड़ा है उन्होंने दिमाग में कितना ना कि मुंडा ही है। ठीक है, कि मुंडा होएगा तो वंश अगे वधेगा, नहीं तो वधना ही नहीं है। जिस तरह वो कुड़ी
ਕਹਿੰਦੀ ਹੈ ਉਹ ਜਦੋਂ ਕੁੜੀ ਦੀ ਚਿੱਠੀ ਆਉਂਦੀ ਹੈ ਤਾਂ ਫਿਰ ਦੇਖੋ ਕੀ ਕਹਿੰਦੀ ਹੈ, ਦੋ ਕੁੜੀਆਂ ਹੀ ਤਾਂ ਹੈਗੀਆਂ, ਕੋਈ ਗੱਲ ਨੀ ਮੁੰਡਾ ਵੀ ਹੋ ਜਾਊਗਾ, ਠੀਕ ਹੈ। ਮਤਲਬ ਉਹਨਾਂ ਦੇ ਦਿਮਾਗ ਦੇ ਵਿੱਚ ਚੱਲਦਾ ਹੈ ਕਿ ਘਰ ਨੂੰ ਪਰਿਵਾਰ ਨੂੰ ਅੱਗੇ ਤੋਰਨ ਲਈ ਮੁੰਡਾ ਹੋਣਾ ਬਹੁਤ ਜ਼ਰੂਰੀ ਹੈ। ਠੀਕ ਹੈ ਬੇਟਾ, ਇਹ ਚਾਰ ਪੁਆਇੰਟ ਨੇ, ਇਹਨਾਂ ਚਾਰ ਪੁਆਇੰਟਸ ਨੂੰ ਲੈ ਕੇ ਤੁਸੀਂ ਕੁਐਸਚਨ ਲਿਖਣਾ ਹੈ, ਅੱਜ ਤੁਸੀਂ ਇਹੀ ਵਾਲਾ ਕੰਮ ਕਰਨਾ ਹੈ। ਠੀਕ ਹੈ, ਵਿਸ਼ਾ ਜਾਂ ਸਮੱਸਿਆ, ਰਾਈਟ। ਸੋ ਕੱਲ ਨੂੰ ਆਪਾਂ ਕਰਾਂਗੇ ਕਰੈਕਟਰ ਸਕੈਚ, ਤੁਹਾਨੂੰ ਮੈਂ ਪੁਆਇੰਟਸ ਪਹਿਲਾਂ ਲਿਖਵਾਏ ਹੋਏ ਸੀ ਨਾਲ ਨਾਲ, ਠੀਕ ਹੈ। ਸੋ ਹੋਪਫੁਲੀ ਕਿ ਤੁਸੀਂ ਕੱਲ ਪਾਰਟਿਸਪੇਟ ਕਰੋਗੇ। ਪੁਆਇੰਟਸ ਹਰੇਕ ਕੋਲ ਤਾਂ ਇੱਕ ਇੱਕ ਹੋਣਾ ਹੀ ਚਾਹੀਦਾ ਹੈ, ਤਿੰਨਾਂ ਦਾ, ਨਿਹਾਲ ਕੌਰ ਦਾ, ਮਨਜੀਤ ਦਾ ਤੇ ਸੁਖਦੇਵ ਦਾ, ਠੀਕ ਹੈ। ਬਾਕੀ ਜਿਹੜੇ ਐਕਸਟਰਾ ਕੁਐਸਚਨਸ ਨੇ ਉਹ ਵੀ ਆਪਾਂ ਇੱਕ ਵਾਰੀ ਡਿਸਕਸ ਜ਼ਰੂਰ ਕਰਾਂਗੇ।